ਸੋ ਮਿਸ਼ਨ ਆਪ 13 ਤੇ ਮੁੱਖ ਮੰਤਰੀ ਭਗਵੰਤ ਮਾਨ ਅਜ ਮਾਚੇ ਦੇ ਵਿੱਚ ਭਗਵੰਤ ਮਾਨ ਦੀ ਚੋਣ ਮੁਹਿੰਮ ਹੋਵੇਗੀ ਸੋ ਗੁਰਦਾਸਪੁਰ ਵਿਖੇ ਚੋਣ ਇਸ ਜਨ ਸਭਾ ਨੂੰ ਸੰਬੋਧਿਤ ਕਰਨਗੇ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਕਰਨਗੇ ਵੋਟ ਦੀ ਅਪੀਲ ਸੋ ਅੱਜ ਗੁਰਦਾਸਪੁਰ ਵਿਖੇ ਚੋਣ ਜਨ ਸਭਾ ਹੋਵੇਗੀ ਜਿਸ ਨੂੰ ਕਿ ਸੀਐਮ ਭਗਵੰਤ ਮਾਨ ਸੰਬੋਧਿਤ ਕਰਨਗੇ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ ਸੋ ਮਿਸ਼ਨ ਆਪ 13 ਤੇ ਸੀਐਮ ਭਗਵੰਤ ਮਾਨ ਸੋ ਅੱਜ ਮਾਚੇ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਹੋਵੇਗਾ ਸੋ ਸੀਐਮ ਭਗਵੰਤ ਮਾਨ ਚੋਣ ਮਹਿੰਮ ਦਾ ਆਗਾਜ਼ ਕਰਨਗੇ ਅਤੇ ਸ਼ੈਰੀ ਕਲਸੀ ਜੁਗਯੋਤੁਰੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਜਿਹੜਾ ਕਿ ਚੋਣ ਮਹਿੰਮ ਹੋਵੇਗੀ ਤੇ ਲੋਕਾਂ ਤੋਂ ਵੋਟ ਦੀ ਅਪੀਲ ਕੀਤੀ ਜਾਵੇਗੀ। ਜੋ ਗੁਰਦਾਸਪੁਰ ਦੇ ਵਿੱਚ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ ਸੀਐਮ ਭਗਵੰਤ ਮਾਨ। ਸੋ ਮਿਸ਼ਨ ਆਪ 13 ਤੇ ਸੀਐਮ ਭਗਵੰਤ ਮਾਨ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਵਖਵਾ ਖਿਲਾਕਿਆ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਅੱਜ ਮਾਝੀ ਰੇ ਵਿੱਚ ਭਗਵੰਤ ਮਾਨ ਦੀ ਚੋਣ ਮੁਹਿੰਮ ਹੋਵੇਗੀ ਜਿੱਥੇ ਕਿ ਆਪ ਉਮੀਦਵਾਰ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਕੀਤਾ ਜਾਵੇਗਾ ਲੋਕਾਂ ਤੋਂ ਵੋਟ ਦੀ ਅਪੀਲ ਕੀਤੀ ਜਾਵੇਗੀ ਸੋ ਅੱਜ ਮਾਝੀ ਦੇ ਵਿੱਚ ਭਗਵੰਤ ਮਾਨ ਦਾ ਚੋਣ ਮੁਹਿੰਮ ਮਾਝੇ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ ਲੋਕਾਂ ਨੂੰ ਸੰਬੋਧਿਤ ਕਰਨਗੇ ਸੋ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ ਜਿੱਥੇ ਕਿ ਗੁਰਦਾਸਪੁਰ ਵਿਖੇ ਸੋ ਜੋ ਕਿ ਉਮੀਦਵਾਰ ਹੈ ਆਪ ਉਮੀਦਵਾਰ ਸ਼ੈਰੀ ਕਲਸੀ ਉਸ ਦੇ ਲਈ ਵੋਟ ਦੀ ਅਪੀਲ ਕਰਨਗੇ ਸੋ ਮਿਸ਼ਨ ਆਪ 130 ਮਿਲਦੇ ਹਾਂ ਫਿਰ ਮਾਝੇ ਵਾਲਿਓ ਸੋ ਜਨ ਸਭਾ ਹਲਕਾ ਗੁਰਦਾਸਪੁਰ 1 ਵਜੇ ਦੁਪਹਿਰ ਸਥਾਨ ਹਨੂਮਾਨ ਚੋ ਸੋ ਇਹ ਜਨ ਸਭਾ ਹੋਵੇਗੀ ਜਿਸ ਨੂੰ ਸੰਬੋਧਿਤ ਕੀਤਾ ਜਾਵੇਗਾ ਤੇ ਰੋਡ ਸ਼ੋ ਵੀ ਕੀਤਾ ਜਾਵੇਗਾ ਸ੍ਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਲਿਖਿਆ ਹੈ ਕਿ ਅੱਜ ਮਿਲਦੇ ਹਾਂ ਮਾਜੇ ਵਾਲਿਓ ਸੋ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਵੋਟ ਦੀ ਅਪੀਲ ਕੀਤੀ ਜਾਵੇਗੀ ਤੇ ਰੋਡ ਸ਼ੋ ਹਲਕਾ ਸ਼੍ਰੀ ਅਮ੍ਰਿਤਸਰ ਸਾਹਿਬ ਸ਼ਾਮ 4:30 ਵਜੇ ਕੀਤਾ ਜਾਵੇਗਾ ਸਥਾਨ ਹਾਲ ਗੇਟ ਸੋ ਅੱਜ ਮਿਸ਼ਨ ਆਪ 13 0 ਤੇ ਚੋਣ ਪ੍ਰਚਾਰ ਹੋਵੇਗਾ